ਇੱਕ ਤੇਜ਼ ਰਫ਼ਤਾਰ ਪਿਕਅਪ ਗੱਡੀ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸ ਨੇ ਕਿ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚੋਂ ਇੱਕ ਨੌਜਵਾਨ ਪੁਲ ਤੋਂ ਹੇਠਾਂ ਡਿੱਗ ਗਿਆ, ਜਿਸ ਦੀ ਕਿ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਸਰਾ ਨੌਜਵਾਨ ਕਾਫ਼ੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਤਾਂ ਦੱਸ ਦਈਏ ਕਿ ਮਾਮਲਾ ਲੁਧਿਆਣਾ ਦੇ ਗਿੱਲ ਫਲਾਈਓਵਰ ਦੇ ਨਜ਼ਦੀਕ ਦਾ ਦੱਸਿਆ ਜਾ ਰਿਹਾ, ਜਿੱਥੇ ਕਿ ਇੱਕ ਪਿਕਅਪ ਗੱਡੀ ਨੇ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇੱਕ ਨੌਜਵਾਨ ਪੁਲ ਤੋਂ ਹੇਠਾਂ ਡਿੱਗ ਗਿਆ ਅਤੇ ਇੱਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ, ਅਤੇ ਜੋ ਪੁਲ ਤੋਂ ਹੇਠਾਂ ਡਿੱਗਿਆ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਮਾਮਲਾ ਦੇਰ ਰਾਤ 11 ਵਜੇ ਦਾ ਦੱਸਿਆ ਜਾ ਰਿਹਾ, ਜਦੋਂ ਤੇਜ਼ ਰਫ਼ਤਾਰ ਪਿਕਅਪ ਇੱਕ ਤੋਂ ਬਾਅਦ ਇੱਕ ਦੋ ਮੋਟਰਸਾਈਕਲਾਂ ਨਾਲ ਟਕਰਾਉਂਦੀ ਹੋਈ, ਕਿਹਾ ਜਾ ਰਿਹਾ ਕਿ ਅਗਲੇ ਬਾਈਕ ਨੂੰ ਜਦੋਂ ਉਸਨੇ ਟੱਕਰ ਮਾਰੀ ਤਾਂ ਉਸ ਬਾਈਕ ਦੇ ਉੱਤੇ ਦੋ ਨੌਜਵਾਨ ਘਰ ਵਾਪਸੀ ਕਰ ਰਹੇ ਸੀ, ਅਤੇ ਸਪੀਡ ਜ਼ਿਆਦਾ ਹੋਣ ਦੇ ਕਾਰਨ ਕਿਹਾ ਜਾ ਰਿਹਾ ਕਿ ਪਿਕਅਪ ਨੇ ਪਹਿਲਾਂ ਤਾਂ ਬਾਈਕ ਨੂੰ ਟੱਕਰ ਮਾਰੀ, ਜਿਸ ਦੇ ਕਾਰਨ ਉਹਨਾਂ ਦਾ ਬਾਈਕ ਜੋ ਹੈ ਪਹਿਲਾਂ ਡਿਵਾਈਡਰ ਦੇ ਨਾਲ ਟਕਰਾਉਂਦਾ, ਅਤੇ ਜੋ ਅੱਗੇ ਬੈਠਾ ਹੁੰਦਾ ਨੌਜਵਾਨ ਹੈ ਉਹ ਪੁਲ ਤੋਂ ਹੇਠਾਂ ਡਿੱਗ ਜਾਂਦਾ, ਜਿਸ ਦੇ ਕਿ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗਦੀਆਂ ਨੇ, ਜਿਸ ਨੇ ਕਿ ਮੌਕੇ 'ਤੇ ਹੀ ਦਮ ਤੋੜ ਦਿੱਤਾ। ਫਿਲਹਾਲ ਮੌਕੇ ਦੇ ਉੱਤੇ ਹੀ ਦੱਸਿਆ ਜਾ ਰਿਹਾ ਹੈ ਕਿ ਪਿਕਅਪ ਦਾ ਜੋ ਚਾਲਕ ਹੈ ਉਸਨੂੰ ਵੀ ਗ੍ਰਿਫਤਾਰ ਕਰ ਲਿਆ, ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਹਰਪ੍ਰੀਤ ਸਿੰਘ ਜੀ, ਇਹ ਰਾਤ ਐਕਸੀਡੈਂਟ ਹੋਇਆ ਜੀ, ਇਹ ਆਪਣਾ ਰੇਲਵੇ ਲਾਈਨ ਗਿੱਲ ਰਹਿਣ 'ਤੇ। ਅੱਛਾ, ਕਿੰਨਾ ਐਕਸੀਡੈਂਟ ਹੋਇਆ, ਕਿਹੜੀ ਗੱਡੀ ਸੀ? ਆ ਮਹਿੰਦਰਾ ਪਿਕਅਪ ਨੇ ਜੀ, ਆ ਮੋਟਰਸਾਈਕਲ ਦੋ ਮੋਟਰਸਾਈਕਲ ਨੂੰ ਠੋਕਿਆ ਜੀ। ਅੱਛਾ, ਅਤੇ ਜਿਹੜੀ ਤੁਸੀਂ ਮੋਟਰਸਾਈਕਲ ਵਾਲੇ? ਨਹੀਂ, ਆਪਣਾ ਭਰਾ ਸੀ। ਆਪਣੇ ਮੁੰਡੇ ਦੀ ਡੈਥ ਹੋ ਗਈ ਜੀ, ਮੁੰਡੇ ਡੈਥ ਹੋ ਗਈ ਉੱਪਰ ਤੋਂ ਲੈ ਕਰਕੇ। ਕਿੰਨੇ ਵਜੇ ਦਾ ਐਕਸੀਡੈਂਟ ਹੋਇਆ ਜੀ? ਇਹ ਰਾਤ 11 ਕੁ ਵਜੇ ਦੇਖੋ ਗੱਲ ਹੈ ਜੀ। 11 ਵਜੇ? ਹਾਂਜੀ, ਆਪਣੇ ਰਿਸ਼ਤੇਦਾਰ ਸੀਗੇ ਜੀ। ਹਾਂਜੀ, ਰਾਤ ਹੀ ਫੜ ਲਿਆ ਸੀ।